ਤੇ ਮੈਂ ਤੁਹਾਡਾ ਰਣਜੀਤ ਸਿੰਘ ਢਿੱਲੋਂ ਤੇ ਅੱਜ ਅਸੀਂ ਫਿਰ YouTube ਚੈਨਲ ਤੋਂ ਆਪਣੇ ਤੋਂ ਅਸੀਂ ਆਪਣੇ ਨਿਊ ਸਟੂਡੈਂਟਸ ਦੇ ਨਾਲ ਇੰਟਰਵਿਊ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਅੱਜ ਅਸੀਂ ਆਪਣੇ ਆਫਿਸ ਅਨਕੋਨਾ ਦੇ ਵਿੱਚ ਬੈਠੇ ਹੋਏ ਹਾਂ ਕਿ ਸਾਡੇ ਬੜੇ ਹੀ ਹੋਣਹਾਰ ਸਟੂਡੈਂਟਸ ਖਾਸ ਕਰਕੇ ਲੇਡੀਜ਼ ਨੇ, ਇਹਨਾਂ ਦਾ ਨਾਮ ਹੈ ਕੁਲਦੀਪ ਕੌਰ ਜੀ ਤੇ ਇਹਨਾਂ ਦਾ ਨਾਮ ਹੈ ਸੰਦੀਪ ਕੌਰ ਜੀ, ਜਿਨ੍ਹਾਂ ਨੇ ਨੀਟਾ ਇਟਾਲੀਅਨ ਡਰਾਈਵਿੰਗ ਲਾਇਸੈਂਸ ਤੋਂ ਟਿਊਸ਼ਨ ਲੈ ਕੇ ਤੇ ਅੱਜ ਆਪਣਾ ਜਿਹੜਾ ਟੈਸਟ ਕਲੀਅਰ ਕੀਤਾ। ਅੱਜ ਰੱਬ ਦੀ ਮਿਹਰ ਸਦਕਾ ਉਹਨਾਂ ਦੇ ਕੋਲ ਦੋਨਾਂ ਦੇ ਕੋਲ ਹੀ ਫੋਲੀ ਰੋਸੋ ਨੇ, ਇਹਨਾਂ ਦਾ ਹੈ ਤੇ ਇਹਨਾਂ ਦਾ ਹੈ। ਸੋ ਇੱਕ ਬਹੁਤ ਹੀ ਵੱਡੀ ਉਪਲਬਧੀ ਆ ਲੇਡੀਜ਼ ਵਾਸਤੇ ਕਿ ਇਹਨਾਂ ਨੇ ਆਪਣਾ ਪਹਿਲੀ ਵਾਰੀ ਹੀ ਟੈਸਟ ਜਿਹੜਾ ਕਲੀਅਰ ਕੀਤਾ ਹੈ। ਤੁਹਾਡੀ ਸ਼ਾਇਦ ਇੱਕ ਗਲਤੀ ਹੋਈ ਟੈਸਟ ਦੇ ਵਿੱਚੋਂ ਤੇ ਤੁਹਾਡਾ ਅੱਜ ਸਕੇ ਦਾ ਜਿਹੜਾ ਚੈੱਕ ਹੋਣਾ। ਓਕੇ, ਤੁਹਾਡੀ ਇਹਨਾਂ ਦੀਆਂ ਦੋ ਗਲਤੀਆਂ ਨੇ, ਵੇਖੋ ਕਿੰਨੀ ਵਧੀਆ ਇਹਨਾਂ ਨੇ ਸਟੱਡੀ ਕੀਤੀ ਆ। ਤੇ ਇੱਥੋਂ ਜਿੱਥੇ ਸਾਡਾ ਆਫਿਸ ਆ ਪੋਰਟ ਤੋਂ ਸਾਨੇ ਲਪੀ ਦਿਓ, ਕੋਈ ਇੱਥੋਂ ਤੁਸੀਂ 15 ਕਿਲੋਮੀਟਰ ਦੂਰ ਰਹਿੰਦੇ ਹੋ, ਕੋਈ 10-15 ਕਿਲੋਮੀਟਰ ਜਿਹੜਾ ਇਹਨਾਂ ਨੂੰ ਉੱਥੋਂ ਆਉਂਦੇ ਨੇ, ਸਾਈਕਲ ਤੇ ਵੀ ਆਉਂਦੇ ਨੇ, ਬਾਰਿਸ਼ ਦੇ ਵਿੱਚ ਮੋਦਰੀਨਾ ਤੇ ਵੀ ਆਉਂਦੇ ਨੇ, ਕਿੰਨਾ ਕਸ ਚੱਲ ਕੇ ਉਹ ਮਤਲਬ ਆਪਣੀ ਫੈਮਿਲੀ ਤੋਂ ਟਾਈਮ ਕੱਢ ਕੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਸਕੂਲ ਭੇਜ ਕੇ ਆਉਣਾ। ਤੇ ਅਸੀਂ ਤੁਹਾਨੂੰ ਕੁਛ ਸਵਾਲ ਕਰਾਂਗੇ ਕਿ ਤੁਹਾਨੂੰ ਕਿਵੇਂ ਦਾ ਲੱਗਾ ਸਟੱਡੀ ਕਰਕੇ ਸਾਡੇ ਕੋਲੋਂ, ਟਿਊਸ਼ਨ ਲੈ ਕੇ ਭਾਜੀ ਜੀ ਤੇ ਉਹਨਾਂ ਦੇ ਕੋਲੋਂ ਜਾਂ ਸਾਡੇ ਸਾਰੇ ਸਟਾਫ ਦੇ ਕੋਲੋਂ। ਪਹਿਲਾਂ ਅਸੀਂ ਗੱਲ ਕਰਾਂਗੇ ਕੁਲਦੀਪ ਕੌਰ ਜੀ ਦੇ ਨਾਲ। ਹਾਂਜੀ, ਦੱਸੋ ਤੁਸੀਂ। ਹਾਂਜੀ, ਸਾਨੂੰ ਤਾਂ ਜੀ ਬਹੁਤ ਵਧੀਆ ਲੱਗਿਆ ਭਾਜੀ ਹੁਣੀ ਜਿੱਦਾਂ ਪੜਾਉਂਦੇ ਆ, ਸਮਝਾਉਂਦੇ ਆ, ਉਹਨਾਂ ਦੀਆਂ ਗੱਲਾਂ ਕਹੀਆਂ ਹੋਈਆਂ ਸਾਡੇ ਦਿਮਾਗ 'ਚ ਸਿੱਧਾ ਇੱਦਾਂ ਬੈਠ ਜਾਂਦੀਆਂ ਵੀ ਅਸੀਂ ਸ਼ੁਰੂ ਤੋਂ ਵੀ ਬਹੁਤ ਵਧੀਆ ਪੜਾਉਂਦੇ ਆ ਸਾਨੂੰ। ਓਕੇ ਜੀ, ਕਈ ਲੇਡੀਜ਼ ਜਿਹੜੇ ਕਹਿੰਦੇ ਆ ਕਿ ਅਸੀਂ ਫੈਮਿਲੀ ਦੇ ਵਿੱਚ ਕੰਮ ਕਰਦੇ ਆ, ਇਦਾਂ ਕਰਦੇ, ਥੋੜਾ ਜਿਹਾ ਆਪਣਾ ਤਜਰਬਾ ਦੱਸੋ ਕਿ ਕਿਵੇਂ ਤੁਸੀਂ ਘਰ ਜਾ ਕੇ ਇਥੋਂ ਕਲਾਸ ਲਾ ਕੇ ਜਾਂਦੇ ਸੀ, ਉਸ ਚੀਜ਼ ਨੂੰ ਦੁਬਾਰਾ ਕਿਵੇਂ ਤੁਸੀਂ ਮਤਲਬ ਇਸ ਪਹਿਲਾਂ ਤਾਂ ਅਸੀਂ ਸਵੇਰੇ ਜਿੱਦਾਂ ਉੱਠਣਾ ਤੇ ਬੱਚਿਆਂ ਨੂੰ ਸਕੂਲ ਭੇਜਣਾ, ਫਿਰ ਜੇ ਸਵੇਰ ਨੂੰ ਕਲਾਸ ਆ ਤੇ ਉਹਨਾਂ ਨੂੰ ਸਕੂਲ ਭੇਜ ਕੇ ਫਿਰ ਅਸੀਂ ਆ ਜਾਂਦੇ ਸੀਗੇ, ਫਿਰ ਕਲਾਸ ਲਗਾਣੀ, ਇੱਥੇ ਜਾ ਕੇ ਬੱਚਿਆਂ ਨੂੰ ਲੈਣਾ, ਉਹਨਾਂ ਨੂੰ ਘਰ ਦਾ ਸਾਰਾ ਕੰਮ ਕਰਨਾ, ਫਿਰ ਜਦੋਂ ਵੀ ਟਾਈਮ ਮਿਲਣਾ ਉਸੇ ਟਾਈਮ ਅਸੀਂ ਪੜ੍ਹਨ ਲੱਗ ਜਾਣਾ। ਓਕੇ ਜੀ, ਤੁਸੀਂ ਜਿਹੜੀ ਸਾਡੀ ਵੈਬਸਾਈਟ ਆ ਨੀਟ ਐਂਡ ਬ੍ਰਦਰਸ ਐਪਲੀਕੇਸ਼ਨ ਹੈ ਜਿਹੜੀ ਤੁਸੀਂ ਡਾਊਨਲੋਡ ਕਰਕੇ ਤੁਸੀਂ ਘਰੇ ਬੈਠ ਕੇ ਜਿਹੜੀ ਆ ਟਿਊਸ਼ਨ ਲੈ ਸਕਦੇ ਸਾਡੇ ਕੋਲੋਂ। ਤੇ ਸੰਦੀਪ ਕੌਰ ਜੀ, ਤੁਸੀਂ ਦੱਸੋ ਵੀ ਤੁਹਾਡਾ ਐਕਸਪੀਰੀਅੰਸ ਕਿਵੇਂ ਦਾ ਰਿਹਾ, ਤੁਸੀਂ ਘਰ ਵਿੱਚ ਰਹਿ ਕੇ ਆਪਣੀ ਫੈਮਿਲੀ ਦੇ ਵਿੱਚ ਰਹਿ ਕੇ ਮਤਲਬ ਸਾਡੀ ਕੋਲ ਟਿਊਸ਼ਨ ਲੈ ਕੇ ਆਏ, ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ? ਹਾਂਜੀ ਭਾਜੀ, ਬਹੁਤ ਜ਼ਿਆਦਾ ਵਧੀਆ ਸਾਨੂੰ ਲੱਗ ਰਿਹਾ ਆ। ਸਾਨੂੰ ਤਾਂ ਹੋ ਵੀ ਨਹੀਂ ਸੀ ਕਿ ਅਸੀਂ ਟੈਸਟ ਕਰਾਂਗੇ, ਕਿਉਂਕਿ ਜਦੋਂ ਕਿਸੇ ਕੋਲੋਂ ਸੁਣੀਦਾ ਸੀ ਕਿਸੇ ਨੇ ਲਾਇਸੈਂਸ ਕੀਤਾ ਆ ਤੇ ਸਾਡੀ ਲੇਡੀਜ਼ ਨੇ। ਹਾਂਜੀ ਹਾਂਜੀ, ਬਹੁਤ ਵੱਡਾ ਕੰਮ ਆ, ਬਹੁਤ ਔਖਾ ਕੰਮ ਆ, ਇਹਨਾਂ ਨੇ ਕਰ ਲਿਆ ਵੀ ਸਾਡਾ ਸੁਪਨਾ ਹੀ ਸੀ ਵੀ ਹੋ ਵੀ ਸਕਦਾ ਆ, ਪਰ ਜਦੋਂ ਸਾਨੂੰ ਪਤਾ ਲੱਗਾ ਵੀ ਸਾਡੇ ਵੀ ਇੱਥੇ ਨਾ ਸਕੂਲ ਓਪਨ ਹੋਣਾ ਆ ਤੇ ਉਦੋਂ ਹੀ ਅਸੀਂ ਬਸ ਨਾਮ ਲਿਖਾਤਾ ਸੀ ਕਿ ਅਸੀਂ ਬਸ ਜੁਆਇਨ ਕਰ ਲਈਏ। ਹਾਂਜੀ, ਸਾਡੇ ਤਾਂ ਬਹੁਤ ਖੁਸ਼ੀ ਹੋਈ ਸੀ ਜਦੋਂ ਸਾਨੂੰ ਪਤਾ ਲੱਗਾ ਵੀ ਸਾਡੇ ਵੀ ਸਕੂਲ ਸ਼ੁਰੂ ਹੋਣਾ ਆ। ਜੇ ਜਿੱਦਾਂ ਬਾਜੀ ਹੁਣਾਂ ਦਾ ਸਕੂਲ ਤੁਹਾਡਾ ਨਾਮ ਹੁੰਦਾ ਤੇ ਫਿਰ ਸਾਨੂੰ ਬਹੁਤ ਔਖਾ ਸੀ ਇਟਾਲੀਅਨ ਦੇ ਵਿੱਚ। ਹਾਂਜੀ, ਇਹ ਤਾਂ ਹੈ ਜਿੱਦਾਂ ਆਪਾਂ ਸਾਰੇ ਲੈਂਗੁਏਜ ਦੀ ਪ੍ਰੋਬਲਮ ਖਾਸ ਕਰਕੇ ਜੇਨਸ ਵਾਸਤੇ, ਤੇ ਤੁਹਾਡੇ ਤੋਂ ਕਾਫੀ ਜਾਣੇ ਜਿਹੜੇ ਨੇ ਹੁਣ ਮਤਲਬ ਆਪਾਂ ਨੂੰ ਸੋਚਣਗੇ ਵੀ ਅਸੀਂ ਕੀ ਕਰ ਸਕਦੇ ਹਾਂ, ਲਾਹ ਲੈ ਸਕਦੇ ਹਾਂ। ਤੇ ਤੁਹਾਨੂੰ ਜਿਹੜੀ ਸਾਡੀ ਵੈਬਸਾਈਟ ਚੱਲ ਰਹੀ ਹੈ ਇਸ ਰਿਲੇਟਿਵ ਦੇ ਵਿੱਚ, ਉਹ ਤੋਂ ਕਿੰਨਾ ਕੁ ਬੈਨੀਫਿਟ, ਕਿੰਨਾ ਕੁ ਲਾਭ? ਹਾਂਜੀ, ਉਹਦੇ ਤੋਂ ਭਾਜੀ ਸਾਨੂੰ ਇਦਾਂ ਸੀ ਜਿੱਦਾਂ ਹੁਣ 2 ਦਿਨ ਕਲਾਸ ਹੁੰਦੀ ਸੀ ਇੱਕ ਵੀਕ ਦੇ ਵਿੱਚ। ਹਾਂਜੀ ਹਾਂਜੀ, ਤੇ ਜਦੋਂ ਅਸੀਂ ਘਰ ਬੈਠ ਕੇ ਪੜ੍ਹਦੇ ਸੀ ਸਾਨੂੰ ਇਦਾਂ ਨਹੀਂ ਸੀ ਲੱਗਦਾ ਸੀ ਘਰ ਬੈਠੇ ਸਾਨੂੰ ਲੱਗਦਾ ਸੀ ਅਸੀਂ ਸਕੂਲ ਦੇ ਕਲਾਸ ਜੀ ਵਿੱਚ। ਭਾਜੀ ਨੇ ਉਹਦੇ ਵਿੱਚ ਵੀ ਇੱਕ ਇੱਕ ਵਰਡ ਦਾ ਮਤਲਬ ਹੈ ਤੁਸੀਂ ਸੀ ਜਾਂ ਭਾਜੀ ਹੁਣ ਸੀ ਜਾਂ ਦੂਸਰੇ ਭਾਜੀ ਦੀ ਔਰ ਹੋਰ ਕਿੰਨਾ ਦੀ, ਤੇ ਅਸੀਂ ਬਹੁਤ ਜ਼ਿਆਦਾ ਥੈਂਕ ਯੂ ਕਰਦੇ ਹਾਂ ਤੁਹਾਡਾ। ਥੈਂਕ ਯੂ ਤੁਹਾਡਾ ਜਿਹੜਾ ਤੁਸੀਂ ਸਾਡਾ ਮਾਣ ਵਧਾ ਰਹੇ ਜੋ। ਸੋ ਅਸੀਂ ਥੈਂਕ ਯੂ ਜੀ, ਅਸੀਂ ਫਿਰ ਸਾਰੇ ਆਪਣੇ ਸਟੂਡੈਂਟਸ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਵੈਬਸਾਈਟ ਇਟਾਲੀਅਨ ਦੇ ਵਿੱਚ ਚੱਲ ਰਹੀ ਆ ਨੀਟ ਐਂਡ ਬ੍ਰਦਰਸ ਤੇ ਨੀਟਾ ਇਟਾਲੀਅਨ ਡਰਾਈਵਿੰਗ ਲਾਇਸੈਂਸ ਦੀ, ਤੁਸੀਂ ਘਰੇ ਬੈਠ ਕੇ ਜਿਹੜੀ ਮਤਲਬ ਟਿਊਸ਼ਨ ਲੈ ਸਕਦੇ ਸਾਡੇ ਕੋਲੋਂ, ਪੜ੍ਹ ਸਕਦੇ ਜੋ। ਤੇ ਇੱਕ ਇਨਫੋਰਮੇਸ਼ਨ ਮੈਂ ਹੋਰ ਦੇਣਾ ਚਾਹੁੰਦਾ ਇਸ ਵੀਡੀਓ ਦੇ ਦੁਆਰਾ ਕਿ ਜਿਹੜੇ ਕਹਿੰਦੇ ਨੇ ਸਾਨੂੰ ਲੈਂਗੁਏਜ ਦੀ ਪ੍ਰੋਬਲਮ ਆ ਰਹੀ ਆ, ਉਸ ਦਾ ਵੀ ਅਸੀਂ ਸੋਲੂਸ਼ਨ ਕੀਤਾ ਹੈ ਕਿ ਆਉਣ ਵਾਲੇ ਇਸ ਮਹੀਨੇ ਦੇ ਲਾਸਟ ਤੱਕ ਜਾਂ 1-2 ਜਨਵਰੀ ਤੋਂ ਲਾ ਲਓ ਨਿਊ ਸਾਲ ਦੇ ਵਿੱਚ, ਕਿ ਜਿਹੜੀ ਪ੍ਰੋਬਲਮ ਸੀਗੀ ਆਪਣੀ ਬੋਲੀ ਸਿੱਖਣ ਦੀ, ਉਹ 'ਤੇ ਵੀ ਅਸੀਂ ਜਿਹੜਾ ਕੰਮ ਕਰ ਰਹੇ ਹਾਂ ਕਿ ਤੁਸੀਂ ਘਰੇ ਬੈਠ ਕੇ ਬੜੇ ਹੀ ਵਧੀਆ ਢੰਗ ਦੇ ਨਾਲ ਬੋਲੀ ਵੀ ਸਿੱਖ ਸਕੋਗੇ ਸਾਡੀ ਹੀ ਐਪਲੀਕੇਸ਼ਨ ਤੋਂ। ਤੇ ਸੋ ਸਾਡੀ ਹਰ ਵੀਡੀਓ ਦੇ ਨਾਲ ਤੇ ਸਾਡੀ ਵੈਬਸਾਈਟ 'ਤੇ ਜਾਓਗੇ ਤੇ ਤੁਹਾਨੂੰ ਕੰਟੈਕਟ ਨੰਬਰ ਹੋਣਗੇ, ਤੁਹਾਨੂੰ ਮਿਲਣਗੇ, ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ। ਤੇ ਇੱਕ ਵਾਰੀ ਅਸੀਂ ਫਿਰ ਕੁਲਦੀਪ ਕੌਰ ਜੀ ਨੂੰ ਤੇ ਸੰਦੀਪ ਕੌਰ ਜੀ ਨੂੰ ਬਹੁਤ ਬਹੁਤ ਜ਼ਿਆਦਾ ਵਧਾਈ ਦਿੰਦੇ ਹਾਂ ਕਿ ਉਹਨਾਂ ਨੇ ਫੈਮਿਲੀ ਹੁੰਦਿਆਂ ਆ
ਵੀ ਅੱਜ ਜਿਹੜਾ ਆਪਣਾ ਟੈਸਟ ਕਲੀਅਰ ਕਰਕੇ ਤੇ ਉਹਨਾਂ ਕੋਲ ਫੋਲੋਅਰ ਉਸੇ ਨੇ ਅੱਜ ਸਾਨੂੰ ਮਿਲਣ ਆਏ ਸੀਗੇ ਤੇ ਬੜਾ ਵਧੀਆ ਲੱਗਿਆ ਉਹਨਾਂ ਦੇ ਨਾਲ ਅਸੀਂ ਇੰਟਰਵਿਊ ਕੀਤੇ ਆ ਤੇ ਸੋ ਅਸੀਂ ਤੁਹਾਨੂੰ ਵੀ ਸਾਰਿਆਂ ਨੂੰ ਇਹੀ ਕਹਿੰਦੇ ਆ ਕਿ ਖਾਸ ਕਰਕੇ ਲੇਡੀਜ਼ ਹਾਂਜੀ ਸਾਰਿਆਂ ਨੂੰ ਜੁਆਇਨ ਕਰਨਾ ਚਾਹੀਦਾ ਜਿਹੜੇ ਕਿ ਸਟੂਡੈਂਟ ਆ ਸੀ ਹਾਂਜੀ ਕਿ ਜੇ ਤੁਹਾਨੂੰ ਕਿਤੇ ਕੰਮ ਮਿਲਦਾ ਹੈ ਕਹਿੰਦਾ ਮਤਲਬ ਤੁਹਾਡੇ ਘਰ ਤੋਂ ਦੂਰ ਮਿਲਦਾ ਹੈ ਤੇ ਤੁਸੀਂ ਆਪਣੀ ਆਰਾਮ ਨਾਲ ਗੱਡੀ ਲਵੋ ਕੋਈ ਵਹੀਕਲ ਲੈ ਸਕਦੇ ਹੋ ਤੇ ਉੱਥੇ ਤੁਸੀਂ ਆਪਣਾ ਕੰਮ ਵੀ ਕਰ ਸਕਦੇ ਹੋ ਘਰ ਦੇ ਵਿੱਚ ਆਪਣਾ ਆਪਣੇ ਹਸਬੈਂਡ ਦੇ ਨਾਲ ਮਤਲਬ ਬੱਚਿਆਂ ਦੇ ਨਾਲ ਆਪਣਾ ਜਿਹੜਾ ਸਾਰਾ ਸਾਥ ਤੁਹਾਨੂੰ ਕਾਫੀ ਮਿਲਦਾ ਸੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਤਿ ਸ੍ਰੀ ਅਕਾਲ ਸਾਨੂੰ ਸਾਰਿਆਂ ਨੂੰ।